जिम दे मालक दा एक लड़की दे मापियां दे वल्लों बड़ी बेरहमी दे नाल कतल किया गया। घर दे विच बुला के उसनू मौत दे घाट उतारिया गया। दस दिए कि इस पिंड दे विच एक जिम है, तां पिंड दी एक कुड़ी रोज ही जिम जाण लगी, तां उसदे संबंध ने जिहड़े ओह जिम दे मालक दे नाल बण गए। ज्यों ही परिवारक मैंबरां नू इस गल दा पता लगा तां ओह खार खाण लग पए। हालांकि जिम दे मालक दे वल्लों अपनी गलती भी मन्नी गई और अगे तो लड़की दे नाल गलबात ना करन दा वादा कीता गया। तां इस रंजिश नू लै के मुड़ तों लड़की दे परिवारक मैंबरां दे वल्लों इस लड़के दा अपने घर दे विच लोहे दीआं रौड़ां दे नाल हाकियां दे नाल डंडियां दे नाल कुट कुट के कतल कर दिता। तां मृतक दे भरा दे बयानां तों बाद पुलिस दे वल्लों मामला दर्ज कीता गया। कुड़ी दे घर दे विच इस नौजवान दी लाश खून दे नाल लथपथ मिली। मामला सोनीपत दे पिंड मल्ला माजरा तों सामने आया। पिंड दे विच कुड़ी रोज जिम जांदी सी, जिथे उसका चक्कर जिम दे मालक नाल चल पिया, जिसका कुड़ी दे परिवार दे वल्लों विरोध किया गया। हालांकि जिम दे संचालक दे वल्लों अपनी गलती मन्नी गई और एक दिन जदों सवेरे ये जिम दा मालक अपनी जिम गया तां कुड़ी दे परिवारक मैंबरां दे वल्लों अपने घर दे विच लिजा के इसका कतल किया गया। तां खून दे नाल लथपथ इसकी लाश आ जिहड़ी ਉਹ ਕੁੜੀ ਦੇ ਘਰ ਦੇ ਵਿੱਚੋਂ ਬਰਾਮਦ ਹੋਈ ਹੈ। ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਲੜਕੀ ਦੇ ਪਿਤਾ, ਲੜਕੀ ਦੀ ਮਾਂ, ਲੜਕੀ ਦੇ ਭਰਾ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਤਾਂ ਦੱਸਦੀ ਹੈ ਕਿ ਜਿੰਮ ਦੇ ਮਾਲਕ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਔਰ ਇੱਕ ਲੜਕੀ ਜਿੰਮ ਦੇ ਵਿੱਚ ਆਉਂਦੀ ਸੀ, ਉਸ ਦੇ ਨਾਲ ਗੱਲਬਾਤ ਸ਼ੁਰੂ ਹੋਈ ਤਾਂ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਜਿੰਮ ਦੇ ਮਾਲਕ ਨੂੰ ਘਰ ਦੇ ਵਿੱਚ ਬੁਲਾ ਕੇ ਉਸਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਦੇ ਵੱਲੋਂ 6 ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ। ਸਰ ਕਈ ਆ ਜੀ ਸਰ 5 ਵਜੇ ਪਤਾ ਲੱਗਾ ਮੇਰੇ, ਮੈਂ ਸੋਮੀ ਤੋਂ ਇੱਥੇ ਰਹਿੰਦਾ ਹੁੰਦਾ ਸੀ, ਮੇਰੇ ਪਰਿਵਾਰ ਇਹ ਮੇਰਾ ਬੱਚੀ ਚਾਚ ਕਸ ਸਰ ਉਹ ਕਿਸੇ ਦਾ ਫੋਨ ਆਇਆ ਵੀ ਤੁਹਾਡੇ ਐਸ ਐਸ ਸੀ ਫੈਮਿਲੀ ਨਾਲ ਕੋਈ ਸੈਕਸ਼ੀ ਦੈਨ ਗਿਆ ਕਿ ਦੇਖੇ ਕਵਰੇਜ ਤੇ ਜਾਂ ਸੋਨੀ ਪੱਤੇ ਮੈਂ 5 ਵਜੇ ਗਿਆ ਸੀ ਨਾ ਸਾਹਿਬ ਜਿਸ ਦਾ ਮੈਂ ਆਇਆ ਜਾ ਕੇ ਬਸਾ ਗਿਆ ਲੇਕਿਨ ਵੀ ਇਹ ਵੀ ਕੇਸ ਕੇ ਗੱਲ ਕਰ ਗਿਆ ਸਿੱਧਾ ਵਹਾਂ ਪੁਲਿਸ ਵਾਲੇ ਤੇ ਔਰ ਮੈਂ ਚੈੱਕ ਕੀਆ ਵੀ ਇਹ ਤੋਂ ਮੇਰਾ ਬਚੀਜਾ ਹੈ, ਫਿਰ ਮੈਨੂੰ ਡਰ ਆਇਆ ਘਰ ਵਾਲੇ ਕੋਲ ਖਾਇਆ ਮੇਰੀ ਸਰ ਸਾਰੇ ਘਰ ਵਾਲੇ ਵੀ ਪਿੱਛੇ ਫਿਰ ਬਾਅਦ ਮੈਂ ਜੋ ਆਪਣੇ ਆਪਸੀ ਬਾਤ ਸੀ ਉਸ ਜੰਗ ਦੇ ਮਿਸ ਪਰਸਨ ਨਿਕਲਾ ਸ਼ਿੰਗ ਕਿਆ ਵੀ ਰਾਓ ਵੀ ਤਿੰਨ ਕੇ ਪੁਰਾਣੇ ਵੀ ਨਹੀਂ ਸੀ ਵੀ ਸਰ ਜਿਸ ਐਂਡ ਜਿਸ ਕੇ ਪੈ ਜਿਨ੍ਹਾਂ ਨੇ ਰਾਤ ਤੋਂ ਬਾਅਦ ਆਇਆ ਕੁਝ ਫਿਲਮ ਕਰਕੇ ਬੁਲਾਇਆ ਫਿਰ ਉਹ ਦੇਖ ਗਿਆ ਮੰਗੋ ਨੈਟ ਇਹ ਤਾਂ ਇਹ ਤੋਂ ਫਿਰ ਸਿਰਮ 6-7 ਆਦਮੀਆਂ ਨੇ ਮਿਲ ਕੇ ਫੋਨ 'ਤੇ ਬੁਲਾ ਕੇ ਇਸ ਦਾ ਫਿਰ ਤੇਲ ਦਾ ਹਥਿਆਰ ਕੁਛ ਨਟੇ ਲਥਾਨ ਸੇਰੀ ਹੈ ਐਸੇ ਹਥਿਆਰ ਅਸੀਂ ਇਸਕੀ ਮਿੰਗਰ ਨੂੰ ਮਾਤਾ ਕੀ ਪਾਕਾ ਕਿਸ ਪਰ ਸ਼ੱਕ ਹੈ ਜੀ ਆਪਕੋ ਕਿਨ ਕਿਨ ਪਰ ਹੈ ਉਹ ਕਿ ਇਹ ਜਿੰਨ ਦਾ ਇੱਕ ਕੇਸ ਹੈ ਕਿਸ ਦਾ ਲੜਕਾ ਹੈ ਬਹੁਤ ਉਸਕੀ ਵਾਈਫ ਹੈ ਔਰ ਉਸਕੀ ਲੜਕੀ ਔਰ ਉਸਕੇ ਦੋ ਤਿੰਨ ਰਿਸ਼ਤੇਦਾਰ ਉਸ ਫੈਮਿਲੀ ਕੇ ਵੀ ਹੋ ਸਕਤੇ ਲੇਕਿਨ ਫੈਮਿਲੀ ਕੇ ਬਾਰੇ ਮੈਂ ਔਰ ਵੀ ਪੇਮਿਸ ਕਿਸ ਕੇ ਬਾਰੇ ਨਹੀਂ ਪਤਾ ਕੈਸੇ ਬਤਾਏਂਗੇ ਲੇਕਿਨ ਇਹ 6-7 ਆਦਮੀ ਤੋਂ ਥੇ ਕਿਸਨੇ ਫੋਨ ਕੀਤਾ ਥਾ ਜੀ ਇਹ ਤਾਂ ਗਾਂਵ ਕੇ ਜੈਸੇ ਆਪਣੇ ਦੋਸਤ ਹੋਤੇ ਹਨ ਉਹਨੇ ਬਤਾਇਆ ਵੀ ਗਾਂਵ ਮੈਂ ਆ ਗਏ ਪੁਲਿਸ ਆਈ ਗਿਆ ਹਾਂ ਔਰ ਆਪਕੇ ਭਤੀਜੇ ਦਾ ਨਾਮ ਲੈ ਰਿਹਾ ਵੀ ਆਪਕੇ ਭਤੀਜੇ ਬਾਰੇ ਸੈਸੇ ਦੁਰਘਟਨਾ ਹੋ ਗਈ ਆ ਫਿਰ ਕਿਆ ਕੋਈ ਝਗੜੇ ਦਾ ਕਾਰਨ ਕਿਆ ਥਾ ਕੋਈ ਸਿਆ ਕਾਰਨ ਕੁਛ ਨਹੀਂ ਜੀ ਪੁਰਾਣੇ ਦਿਨ ਜਿਸ ਹੈ ਕਿਸ ਰੰਜਿਸ਼ ਕਿਸ ਬਾਤ ਕੋ ਲੇਕਰ ਥੀ ਕੋਈ ਜਿਸ ਕੇ ਬਾਰੇ ਨਹੀਂ ਬਤਾ ਸਕਤੇ ਸਰ ਨਹੀਂ ਤੋ ਇਹ ਲੜਕੇ ਕੇ ਸਾਥ ਕਨਿਸ਼ ਕੀ ਦੋਸਤੀ ਥੀ ਅੰਤ ਮੇ ਕੇਸ ਕੇ ਲੜਕੇ ਕੇ ਸਾਥ ਜਿਮ ਮੇ ਇੱਕ ਟਨੈਕ ਟਨੈਕ ਥਾ ਤੋ ਇਸਕੇ ਘਰ ਆਤਾ ਜਾਤਾ ਫਿਰ ਆਪ ਸੀਧਾ ਸੇ ਪਿਆਰ ਹੋਤਾ ਹੈ ਜਿਨਕੇ ਆਪਸ ਮੇ ਅਨੁਕਵੇਦ ਹੋ ਗਿਆ ਵੀ ਯਹੀ ਥਾ ਕਿ ਆਪਸ ਮੇ ਪੀਸ ਨੇ ਪਿੱਛੇ 1-2 ਮਹੀਨੇ ਪਹਿਲੇ ਵਾਰਨਿੰਗ ਦੀ ਥੀ ਅਲਟਰ ਰਾਹੁਲ ਤੇ ਉਹ ਮਾਰੂ ਮੈਂ ਕਿਸ ਸੇ ਪ੍ਰੇਮ ਥਾ ਜੀ ਰਾਹੁਲ ਕੇ ਔਰ ਇਸਕੀ ਦੋਸਤੀ ਥੀ ਦੂ ਠੀਕ ਰਾਹੁਲ ਕੇ ਔਰ ਕਿਸ ਕੇ ਲੜਕੇ ਦੀ ਦੋਸਤੀ ਥੀ ਅਬ ਕੋਈ ਜਾਂਚ ਆ ਰਹੇ ਹੋ ਜੀ ਆਪ ਕਿਸ ਨੇ ਕੋਈ ਪੁਲਿਸ ਪੁਲਿਸ ਨੇ ਕੋਈ ਆਪਕੇ ਸਾਥ ਦਿਆ ਉਸਕਾ ਜੀ ਅਭੀ ਕੋਈ ਨਹੀਂ ਹੈ ਅਭੀ ਹਮਾਰੇ ਕੋਲ ਇਨਸਪੈਕਟ ਸੇ ਵੀ ਬਤਾਇਆ ਲੇਕਿਨ ਉਹ ਕਹਿ ਰਹੇ ਕਿ ਜਾਂਚ ਕਰ ਰੱਖੀ ਹੈ ਉਸਕੇ ਮੁਕੇਸ਼ ਜੀ ਨੇ ਜੋ ਜਿਹਨਾਂ ਨੂੰ ਮਰਡਰ ਕੀਆ ਥਾ ਹਾਂ ਉਹਨੇ ਉਸ ਇੰਟਰ ਕਰ ਰੱਖਿਆ ਬਤਾ ਰਹੀ ਇੱਕ ਰੁਪਈਆ ਪੁਲਿਸ ਵਾਲੇ ਉਠਾ ਕੇ ਲੈ ਗਏ ਪਤਾ ਨਹੀਂ ਉਸ ਇਹ ਪਰਿਵਾਰ ਵਾਲੋਂ ਕੋ ਉਠਵਾਇਆ ਤਾਂ ਲੇਕਿਨ ਪੁਲਿਸ ਵਾਲੇ ਸਾਹਿਬ ਵੀ ਹਮਾਰੇ ਕੋ ਮੇਰੇ ਕੋਲ ਬਹੁਤ ਜ਼ਿਆਦਾ ਡਾਊਟ ਹੈ ਕਿ ਉਨਕਾ ਕੋਈ ਰਿਸ਼ਤੇਦਾਰ ਹੈ ਪੁਲਿਸ ਵਾਲੇ ਵਾ ਕੋਈ ਰਿਸ਼ਤੇਦਾਰ ਹੈ ਉਹਨਾਂ ਨੇ ਤਾਂ ਗਾਈਡੈਂਸ ਕਰ ਰਿਹਾ ਪੁਲਿਸ ਵਾਲੇ ਅਭੀ ਤੱਕ ਹਮਾਰੀ ਸੁਣਵਾਈ ਨਹੀਂ ਕਰ ਅਭੀ ਮੇਰੀ ਐਸ ਐਸ ਓ ਸਾਹਿਬ ਸੇ ਬਾਤ ਹੋਈ ਜੀ ਕੱਲ ਮੈਂ ਸੀ ਏ ਸਟਾਫ ਮੈਂ ਗਿਆ ਥਾ ਉਹਨਾਂ ਨੇ ਸਾਡੀ ਗਾਲੀ ਗਲੋਸ ਕੀਆ ਹੈ ये आपका लड़का वहाँ पे कैसे गया क्या नहीं यार माजी कोई कैसे चार्जेस के तहत मेरे भतीजे को बुलाया गया वहाँ
अब ये तो नहीं पता होना जी, क्या करता था आपका भतीजा जी? वो जिम ट्रेनिंग जिम का काम करता था। दिनांक 4 जून को रवि पुत्र अजीत निवासी मल्ला माजरा ने थाना कुंडली में शिकायत दी थी कि मेरे छोटे भाई राहुल, जिसने गांव में ही जिम कर रखी है, को हमारे ही गांव के मुकेश पुत्र शोभराम ने अपने परिवारजनों के साथ मिलकर लाठी डंडों व जेड़ी से हमला कर उसकी हत्या कर दी। पुलिस ने मामला दर्ज कर लिया है, मामले की छानबीन शुरू कर दी।